ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਅਸਲਾਮੁਅਲੈਕੁਮ। ਤੁਸੀਂ ਵੇਖਦੇ ਹੋ ਮੇਰਾ ਯੂਟਿਊਬ ਚੈਨਲ ਪਿੰਡ ਪੰਜਾਬ ਦੇ ਪਾਕਿਸਤਾਨ। ਅਤੇ 3 ਮਹੀਨੇ ਦੇ ਗੈਪ ਤੋਂ ਬਾਅਦ ਅੱਜ ਮੈਂ ਭਰਾਵਾਂ ਦੇ ਸੇਵਾ ਦੇ ਵਿੱਚ ਹਾਜ਼ਰ ਹੋਇਆ। ਜਿੱਦਾਂ ਭਰਾ ਟੈਲੀਫੋਨ ਕਰਦੇ ਰਹਿੰਦੇ ਸੀ, ਬਾਈ ਤੂੰ ਆਉਂਦਾ ਨਹੀਂ, ਹਜੇ ਵੀ ਮੇਰੀ ਆਵਾਜ਼, ਜਿਹੜੇ ਭਰਾ ਮੇਰੇ ਨਾਲ ਪੁਰਾਣੇ ਸਮੇਂ ਤੋਂ ਮੇਰੇ ਨਾਲ ਜੁੜੇ ਆ, ਉਹ ਉਹਨਾਂ ਨੂੰ ਮੇਰੀ ਆਵਾਜ਼ ਤੋਂ ਪਤਾ ਲੱਗਦਾ ਹੋਣਾ ਵੀ ਤਬੀਅਤ ਜਿਹੜੀ ਆ ਸਾਥ ਨਹੀਂ ਦਿੰਦੀ, ਜਿਹਦਾ ਕਰਕੇ ਮੈਂ ਵੀਡੀਓ 'ਤੇ ਨਹੀਂ ਆਉਂਦਾ ਸੀ। ਫਿਰ ਭਰਾ ਟੈਲੀਫੋਨ ਕਰਦੇ ਰਹਿੰਦੇ ਸੀ, ਬਾਈ ਵੀ ਤੁਸੀਂ ਵੀਡੀਓ ਨਹੀਂ ਲਾਉਂਦੇ। ਤਬੀਅਤ ਨੇ ਕੋਈ 3 ਮਹੀਨੇ ਲਗਾਤਾਰ ਹੀ ਸਾਥ ਨਹੀਂ ਦਿੱਤਾ। ਕੋਈ ਇੱਕ ਅੱਧਾ ਦਿਨ ਸੈੱਟ ਰਹਿਣਾ, ਫਿਰ ਬੁਖਾਰ, ਇੱਕ ਅੱਧਾ ਦਿਨ ਸੈੱਟ ਰਹਿਣਾ, ਫਿਰ ਬੁਖਾਰ। ਅੱਜ ਤੋਂ 4 ਦਿਨ ਪਹਿਲਾਂ ਮੈਂ ਇੱਕ ਵੀਡੀਓ ਲਾਈ ਸੀਗੀ, ਮੈਂ ਭਰਾਵਾਂ ਨੂੰ ਕਿਹਾ ਸੀ ਵੀ ਇਨਸ਼ਾਅੱਲਾ ਹੁਣ ਵੀਡੀਓ ਲੱਗਦੀਆਂ ਰਹਿਣਗੀਆਂ, ਫਿਰ ਤਬੀਅਤ ਖਰਾਬ ਹੋ ਗਈ ਸੀਗੀ। ਅਤੇ ਅੱਜ ਮੈਂ ਇੱਕ ਮੇਲਾ ਵਾ, ਮੇਲੇ 'ਤੇ ਆਏ ਹਾਂ, ਅਤੇ ਉੱਥੇ ਫਿਰ ਤੁਹਾਨੂੰ ਪਤਾ ਆਪਾਂ ਸ਼ੌਕ ਕਰੀਦਾ ਬੋਲਦਾ ਨਾ, ਉੱਥੇ ਬੋਲਦਾ ਦੀ ਖੇਡ ਆ ਸੁਹਾਗਾ ਭਜਾਉਣਾ। ਅਤੇ ਮੈਂ ਕਿਹਾ ਭਰਾਵਾਂ ਦੇ ਨਾਲ ਬੋਲਦ ਸ਼ੇਅਰ ਕਰਦੇ ਜਾਈਏ, ਹੁਣ ਦੇਖੋ ਬੋਲਦ ਆਨੰਦ ਮਾਰੋ ਅਤੇ ਨਾਲੇ ਦੱਸਿਓ ਵੀ ਬੋਲਦ ਲੱਗੇ ਕਿੱਦਾਂ ਦੇ ਆ। ਇੱਕ ਕਾਫੀ ਸਾਰੇ ਬੋਲਦ ਆ, ਹੁਣ ਵੀਰਾਂ ਨੇ ਦੱਸਣਾ ਵੀ ਬੋਲਦ ਕਿੱਦਾਂ ਦੇ ਆ। ਧੰਨੀ ਨਸਲ ਆ, ਇਹਨੂੰ ਦਾਜ ਲਈ ਕਹੀਏ, ਫਿਰ ਇਕੱਲਾ ਧੰਨੀ ਨਾ ਕਹੀਏ, ਹੈ ਨਾ। ਹੁਣ ਇੱਕ ਆਹ ਬੋਲਦ ਦੇ ਵਿੱਚ ਰਲਾ ਹੈਗਾ ਦਾਜ ਲਈ, ਇਹਨੂੰ ਦਾਜ ਲਈ ਕਹਿ ਸਕਦੇ ਅਸੀਂ। ਕਾਸ਼ੀ ਉਹਨੂੰ ਦੂਸਰੇ ਨੂੰ ਡੱਬੇ ਨੂੰ ਮਾੜੇ ਆ ਪਰਾਂ ਨੂੰ ਘਰ ਬਸ ਤੂੰ ਥੋੜ੍ਹਾ ਸਾਈਡ 'ਤੇ ਹੋ ਜਾ। ਆ ਚੈੱਕ ਕਰੋ ਸ਼ੌਕੀਨ ਹਜ਼ਰਾਤ ਭਰਾ ਜਿਹੜੇ ਆ ਬੋਲਦ ਕਿੱਦਾਂ ਦਾ ਵਾ। ਮੈਨੂੰ ਤਾਂ ਜ਼ਾਤੀ ਤੌਰ 'ਤੇ ਬਹੁਤ ਸੋਹਣਾ ਲੱਗਿਆ, ਪਸੰਦ ਵੀ ਆਇਆ। ਅਤੇ ਬਾਕੀ ਜਿਹੜੇ ਵੀਰ ਭਰਾ ਟੈਲੀਫੋਨ ਕਰਦੇ ਆ ਵੀ ਬਾਈ ਵੀਡੀਓ 'ਤੇ ਨਹੀਂ ਹੁੰਦਾ, ਉਹਨਾਂ ਦੇ ਵਾਸਤੇ ਇੱਕ ਅਰਜ਼ ਵੀ ਆ ਵੀ ਭਾਅ ਜੀ ਦੁਆ ਕਰਿਆ ਕਰੋ ਕਿ ਮੇਰੀ ਸਿਹਤ ਸੈੱਟ ਮੈਟ ਰਹੇ। ਲਗਾਤਾਰ ਹੀ 3 ਮਹੀਨੇ ਮੈਂ ਸੈੱਟ ਨਹੀਂ ਰਿਹਾ, ਜਿਸ ਤੋਂ ਫਿਰ ਮੈਂ ਚੈਨਲ 'ਤੇ ਨਹੀਂ ਆਇਆ, ਅੱਜ 3 ਮਹੀਨੇ ਤੋਂ ਬਾਅਦ ਆਇਆ ਵਾਂ। ਅਤੇ ਨਾਲ ਹੀ ਮੈਂ ਕਿਹਾ ਭਰਾਵਾਂ ਦੇ ਵਾਸਤੇ ਵੀਡੀਓ ਜਿਹੜੀ ਆ ਅਪਲੋਡ ਕੀਤੀ ਜਾਵੇ, ਅਤੇ ਵੀਡੀਓ ਵੀ ਥੋੜ੍ਹੀ ਜਿਹੀ ਕਮਾਲ ਦੀ ਹੋਵੇ। 3 ਬੋਲ ਤੁਹਾਨੂੰ ਦੂਸਰੀ ਸਾਈਡ 'ਤੇ ਦਿਖਾਏ ਸੀਗੇ, ਆ ਚੌਥਾ ਹੋ ਗਿਆ। 12-15 ਬੋਲ ਦਿਖਾਉਣੇ ਆ ਭਰਾਵਾਂ ਨੂੰ। ਕਾਸ਼ੀ ਆ ਤਾਂ ਮੈਨੂੰ ਪਿਓਰ ਧੰਨੀ ਲੱਗਦਾ ਵਾ, ਇਹਦੇ 'ਚ ਰੈਲਾ ਰੋਲਾ ਨਹੀਂ ਹੈਗਾ, ਅਤੇ ਮੂੰਹ ਵੀ ਮੈਨੂੰ ਪੂਰਾ ਹੀ ਲੱਗਦਾ ਜਵਾਨ ਪੂਰਾ। ਮਤਲਬ ਕਿ ਆਖਰੀ ਜਿਹੜੀ ਉਹ ਕੰਨੀ ਜਿਹੜੀ ਅਸੀਂ ਕਹਿੰਦੇ ਹੁੰਦੇ ਉਹ ਵੀ ਕੱਢ ਗਿਆ। ਇਹ ਹੁਣ ਭਰਾ ਦੱਸਣਗੇ ਬਈ ਬੋਲਦ ਕਿੱਦਾਂ ਲੱਗੇ। ਅਤੇ ਮੈਂ ਥੋੜ੍ਹੀ ਜਿਹੀ ਮਿਸਟੇਕ ਕਰ ਗਿਆ ਸੀ। ਚੜ੍ਹਦੇ ਪੰਜਾਬ ਵਾਲੇ ਭਰਾ ਜਿਹੜੇ ਆਪਣੇ ਨੂੰ ਬਹੁਤ ਪਿਆਰ ਕਰਦੇ ਆ, ਬੜਾ ਮਾਣ ਦਿੰਦੇ ਆ। ਚੜ੍ਹਦੇ ਪੰਜਾਬ ਵਾਲੇ ਭਰਾ ਜਿੱਥੇ ਜਿੱਥੇ ਵੀ ਮੈਨੂੰ ਸੁਣਦੇ ਆ, ਆਵਾਜ਼ ਕਰਦੇ ਆ, ਉਹਨਾਂ ਨਾਲ ਮਾਜ਼ਰਤ ਭਾਅ ਜੀ। ਮੈਂ 3 ਮਹੀਨੇ ਦੇ ਗੈਪ ਤੋਂ ਬਾਅਦ ਆਇਆ ਚੈਨਲ 'ਤੇ, ਸਿਹਤ ਠੀਕ ਨਹੀਂ ਸੀਗੀ, ਸਿਹਤ ਨੇ ਸਾਥ ਨਹੀਂ ਦਿੱਤਾ। ਲੰਮੇ ਸਮੇਂ ਤੋਂ ਮੈਂ ਗੈਪ ਹੀ ਰਿਹਾ ਚੈਨਲ ਤੋਂ, ਅਤੇ ਇੱਕ ਲੰਮੇ ਸਮੇਂ ਤੋਂ ਬਾਅਦ ਆਪਾਂ ਚੈਨਲ 'ਤੇ ਆਏ ਹਾਂ। ਇਨਸ਼ਾਅੱਲਾ ਹੁਣ ਵੀਡੀਓ ਜਿਹੜੀਆਂ ਵਾ ਨਿਤ ਆਏ ਰੋਜ਼ ਅਪਲੋਡ ਹੁੰਦੀਆਂ ਰਹੂਗੀਆਂ। ਹਾਂਜੀ ਸ਼ੌਕੀਨ ਹਜ਼ਰਾਤ ਭਰਾ, ਦੇਖੋ ਜਾਨਵਰ ਕਰੋ ਚੈੱਕ, ਅਤੇ ਬੋਲਦ ਕਿੱਦਾਂ ਲੱਗੇ ਆ ਹੁਣ ਭਰਾ ਦੱਸਣਗੇ। ਹੁਣ ਮੈਂ ਭਰਾਵਾਂ ਨੂੰ ਗਰਾਊਂਡ 'ਤੇ ਵੀ ਲੈ ਕੇ ਜਾਣਾ, ਉੱਥੇ ਖੇਡ ਹੋਣੀ ਆ ਗਰਾਊਂਡ ਦੇ ਵਿੱਚ, ਸੁਹਾਗਾ ਜੋੜਾਂਗੇ। 5 ਕਿੱਲੇ ਦੀ ਲਾਮ ਆ,
5 ਕਿੱਲੇ ਦੀ ਲਾਮ ਆ, ਉੱਥੇ 4 ਬਾਲ ਅਸੀਂ ਜੋੜਨੇ ਆ ਸੁਹਾਗੇ ਤੇ, ਜਿਹਨੂੰ ਅਸੀਂ ਚਵਲਦਾ ਸੁਹਾਗਾ ਕਹਿੰਦੇ ਹਾਂ। ਕਰੋ ਜਾਨਵਰ ਚੈੱਕ ਭਾਅ ਜੀ ਕਿੱਦਾਂ ਲੱਗਿਆ। ਇੱਕ ਹੁਣ ਉਹ ਬਾਈ ਲੈ ਕੇ ਖਲੋਤਾ, ਉੱਥੇ ਵੀ ਲੈ ਕੇ ਜਾਣਾ ਵਾ ਕੈਮਰਾ। ਇੱਕ ਜਾਨਵਰ ਆ ਵਾ, ਇਹ ਬੋਲਦ ਕਿੱਦਾਂ ਲੱਗੇ ਆ ਇਹ ਭਰਾ ਦੱਸਣਗੇ। ਅਤੇ ਜੇ ਮੇਰੇ ਵੀਰ ਭਰਾ ਮੇਰੀਆਂ ਇਹੋ ਜਿਹੀਆਂ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਪ੍ਰਮੋਟ ਕਰਨ ਲਈ ਇਹੋ ਜਿਹੀਆਂ ਵੀਡੀਓ ਪਸੰਦ ਕਰਦੇ ਆ ਮੇਰੇ ਤਰ੍ਹਾਂ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਮੇਰੀ ਆਉਣ ਵਾਲੀ ਨਿੱਤ ਨਵੀਂ ਵੀਡੀਓ ਉਹਨਾਂ ਤੱਕ ਪਹੁੰਚਦੀ ਰਹੇ। 6 ਬੋਲ ਅੱਗੇ ਮੈਂ ਭਰਾਵਾਂ ਨੂੰ ਦਿਖਾਏ ਸੀਗੇ ਅਤੇ ਇੱਕ ਆ 7ਵਾਂ। ਇਹ ਧੰਨੀ ਨਸਲ ਦੇ ਵਿਹੜੇ ਆ, ਇਹ ਧੰਨੀ ਨਸਲ ਦੇ ਬੋਲ ਦਾ, ਅਤੇ ਸਾਡੇ ਇਲਾਕੇ ਦੇ ਵਿੱਚ ਧੰਨੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਕਿਉਂਕਿ ਜਿਹੜੇ ਧੰਨੀ ਨਸਲ ਦੇ ਬੋਲਦ ਹੁੰਦੇ ਇਹਨਾਂ 'ਤੇ ਕਰੰਟ ਹੁੰਦਾ ਜ਼ਿਆਦਾ, ਇਹ ਤਿੱਖੇ ਹੁੰਦੇ ਆ, ਕੰਮ ਨੂੰ ਝੱਟ ਪੱਟ 'ਚ ਨਿਬੇੜਦੇ ਆ। ਹੁਣ ਮੈਂ ਦੂਸਰੀ ਸਾਈਡ ਤੋਂ ਕੈਮਰਾ ਲਾਵਾਂ, ਹੁਣ ਬੋਲਦ ਕਿੱਦਾਂ ਲੱਗਿਆ ਅਤੇ ਭਰਾ ਦੱਸਣਗੇ। ਬੋਲਦ ਮਾੜਾ ਵੀ ਹੋਵੇ ਤਾਂ ਮੈਨੂੰ ਤਾਂ ਉਹ ਬਹੁਤ ਸੋਹਣਾ ਲੱਗਦਾ ਹੁੰਦਾ ਕਿਉਂਕਿ ਮੈਨੂੰ ਸ਼ੁਰੂ ਤੋਂ ਠਰਕ ਆਪਾਂ ਸ਼ੌਕ ਕਰੀਦਾ। ਦੂਸਰੀ ਸਾਈਡ ਤੋਂ ਇਹ ਥੋੜ੍ਹਾ ਜਿਹਾ ਜਿਹੜਾ ਕੌੜ ਕਰਦਾ ਵਾ, ਨਾਲੇ ਤੁਹਾਨੂੰ ਪਤਾ ਅੰਡਲ ਹੈਗਾ, ਫਿਰ ਇੰਨਾ ਕਿਤੇ ਕਰਨਾ ਹੀ ਹੁੰਦਾ। ਹੁਣ ਵੀਡੀਓ ਕਿੱਦਾਂ ਲੱਗੀ ਆ, ਜਾਨਵਰ ਕਿੱਦਾਂ ਲੱਗੇ ਆ, ਇਹ ਭਰਾ ਮੇਰੇ ਦੱਸਣਗੇ ਮੈਨੂੰ। ਅਤੇ ਜੇ ਤੁਸੀਂ ਵੀ ਮੇਰੇ ਤਰ੍ਹਾਂ ਬੋਲਦਾਂ ਦਾ ਸ਼ੌਕ ਕਰਦੇ ਹੋ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਕਰੋ ਚੈੱਕ ਭਰਾਵੋ ਬੋਲ ਕਿੱਦਾਂ ਦੇ ਆ, ਕਿੱਦਾਂ ਲੱਗੇ ਆ, ਇਹ ਤੁਸੀਂ ਮੈਨੂੰ ਦੱਸਣਾ ਵਾ। ਤੁਸੀਂ ਮੈਨੂੰ ਦੱਸਦੇ ਰਿਹਾ ਕਰੋ ਤਾਂ ਕਿ ਮੈਂ ਤੁਹਾਡੇ ਵਾਸਤੇ ਵੱਧ ਤੋਂ ਵੱਧ ਵੀਡੀਓ ਲੈ ਕੇ ਆਉਂਦਾ ਰਹਾਂ। ਜਿੱਥੇ ਮੇਰੇ ਕੋਲ ਮਿਸਟੇਕ ਹੁੰਦੀ ਆ ਉਹ ਭਰਾ ਮੈਨੂੰ ਕਮੈਂਟ ਬੋਕਸਾਂ 'ਚ ਦੱਸਣਗੇ ਤਾਂ ਕਿ ਮੈਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਫੈਨਾਂ ਦਾ ਪਿਆਰ ਹੀ ਆਪਣੇ ਨੂੰ ਦੁਬਾਰਾ ਚੈਨਲ 'ਤੇ ਲੈ ਕੇ ਆਇਆ। ਨਹੀਂ ਤਾਂ ਮੈਂ ਇੱਕ 3 ਮਹੀਨੇ ਦੇ ਗੈਪ ਤੋਂ ਮੈਂ ਤਾਂ ਚੈਨਲ ਬੰਦ ਕਰ ਚੁੱਕਿਆ ਸੀਗਾ। ਫਿਰ ਭਰਾ ਡੇਲੀ ਹਰ ਰੋਜ਼ ਕੋਈ 15-20 ਕਾਲਾਂ ਭਰਾਵਾਂ ਦੀਆਂ ਆਉਂਦੀਆਂ ਸੀਗੀਆਂ ਵੀ ਭਾਅ ਜੀ ਤੁਸੀਂ ਵੀਡੀਓ ਕਿਉਂ ਨਹੀਂ ਲਾਉਂਦੇ। ਉਹਨਾਂ ਨੂੰ ਫਿਰ ਇੱਕ ਵਾਰੀ ਦੱਸਦਾ ਜਾਵਾਂ ਵੀ ਭਾਅ ਜੀ ਮੈਂ 3 ਮਹੀਨੇ ਲਗਾਤਾਰ ਹੀ ਸੈੱਟ ਨਹੀਂ ਰਿਹਾ, ਅੰਦਰ ਬਾਹਰ ਨਹੀਂ ਨਿਕਲ ਹੁੰਦਾ ਸੀ, ਜਿਹਦਾ ਕਰਕੇ ਵੀਡੀਓ ਮੈਂ ਨਹੀਂ ਲਾਈਆਂ। ਹੁਣ ਇਨਸ਼ਾਅੱਲਾ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੱਗਦੀ ਰਹੂਗੀ।